असल ਦੇ ਵਿੱਚ ਗੱਲ ਇਹ ਸੀ, ਆਪਾਂ ਉੱਥੇ ਇਹ ਨਹੀਂ ਕਿਹਾ ਕਿ ਅਸੀਂ ਤੇਰੇ ਲੰਗੜੇ ਮਾਰਾਂਗੇ। ਕਹਿੰਦਾ ਵੀ ਸਤਿਕਾਰ ਕਰਦੇ, ਮੈਂ ਕਿਹਾ ਸਤਿਕਾਰ ਅਸੀਂ ਵੀ ਕਰਦੇ ਹਾਂ, ਜੇ ਕੋਈ ਹੋਰ ਸਰਕਾਰ ਹੁੰਦੀ ਹੁਣ ਨੂੰ ਤੈਨੂੰ ਮਾਰ ਮਾਰ ਲਫੇੜੇ ਅੰਦਰ ਸਿੱਟਿਆ ਹੁੰਦਾ। ਤੇ ਮੈਂ ਉਹਨੂੰ ਉਹਨੂੰ ਰੋਕਿਆ ਕਿ ਨਹੀਂ, ਮੈਂ ਇਹ ਗੱਲ ਨਹੀਂ ਕਹਿ ਕੇ ਗਿਆ। ਉਸਨੇ ਜਦੋਂ ਗੱਲ ਸ਼ੁਰੂ ਕਰੀ ਤਾਂ ਉਹਦੀ ਜਿਹੜੀ ਆ ਟੋਨ ਆਫ ਵੋਇਸ ਸੀ ਉਹ ਪਹਿਲਾਂ ਹੀ ਹਾਈ ਸੀ। ਉਹ ਪਹਿਲਾਂ ਹੀ ਸੋਚਿਆ ਹੋਇਆ ਸੀ ਵੀ ਉੱਚੀ ਉੱਚੀ ਬੋਲ ਕੇ ਸ਼ਾਇਦ ਮੰਨ ਲਓ ਕੋਈ ਇਸ ਤਰ੍ਹਾਂ ਦਾ ਪ੍ਰਭਾਵ ਛੱਡੂਗਾ ਕਿ ਲੋਕਾਂ ਨੂੰ ਵਿਰੋਧ ਕਰ ਦੂੰਗਾ ਇਸ ਚੀਜ਼। ਤਾਂ ਉਹਨੇ ਜਦੋਂ ਸ਼ੁਰੂ ਕਰੀ ਤਾਂ ਉਹਨੇ ਕਿਹਾ ਵੀ ਤੁਸੀਂ ਕਹਿ ਗਏ ਸੀ 17 ਬੈਡਾਂ ਦਾ ਹਸਪਤਾਲ ਬਾਜ਼ਾਰ 'ਚ, ਤੇ ਮੈਂ ਉਹਨੂੰ ਉਹਨੂੰ ਰੋਕਿਆ ਕਿ ਨਹੀਂ ਮੈਂ ਇਹ ਗੱਲ ਨਹੀਂ ਕਹਿ ਕੇ ਗਿਆ। ਦੇਖੋ ਸਾਡੇ ਕਸਬੇ ਦਾ, ਸਾਡੇ ਜ਼ਿਲ੍ਹੇ ਦਾ, ਹਲਕੇ ਭਦੌੜ ਦਾ ਉਹ ਕਸਬਾ, ਜੇ ਉੱਥੇ ਹਸਪਤਾਲ ਦੀ ਲੋੜ ਆ ਤਾਂ ਇਹਨੂੰ ਫਿਊਚਰ ਉਹ ਕਰਾਂਗੇ ਵੀ। ਪਰ ਇਹ ਕੀ ਮਤਲਬ ਹੋਇਆ, ਤੁਸੀਂ ਲੋਕਾਂ ਦੇ ਵਿੱਚ ਖੜ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਝੂਠ ਬੋਲ ਰਹੇ ਹੋ। ਇਹ ਸਾਰੀ ਜਿਹੜੀ ਤਕਰਾਰਬਾਜ਼ੀ ਹੋਈ ਆ ਉਸ ਚੀਜ਼ ਨੂੰ ਲੈ ਕੇ ਸ਼ੁਰੂ ਹੋਈ ਸੀ। ਔਰ ਮੈਂ ਉਹਨੂੰ ਕਿਤੇ ਉਹ ਕਹਿੰਦਾ ਵੀ ਸਤਿਕਾਰ ਕਰਦੇ, ਮੈਂ ਸਤਿਕਾਰ ਅਸੀਂ ਵੀ ਕਰਦੇ ਹਾਂ, ਜੇ ਕੋਈ ਹੋਰ ਸਰਕਾਰ ਹੁੰਦੀ ਹੁਣ ਨੂੰ ਤੈਨੂੰ ਮਾਰ ਮਾਰ ਲਫੇੜੇ ਅੰਦਰ ਸਿੱਟਿਆ ਹੁੰਦਾ। ਅਸਲ ਦੇ ਵਿੱਚ ਗੱਲ ਇਹ ਸੀ, ਆਪਾਂ ਉੱਥੇ ਇਹ ਨਹੀਂ ਕਿਹਾ ਕਿ ਅਸੀਂ ਤੇਰੇ ਲਫੇੜੇ ਮਾਰਾਂਗੇ। ਅੱਛਾ ਜੀ, ਤੁਹਾਡੇ ਕਹਿਣ ਦਾ ਭਾਵ ਇਹ ਸੀਗਾ ਵੀ ਜੇ ਕਿਤੇ ਹੋਰ ਸਰਕਾਰ ਹੁੰਦੀ ਤੇਰੇ ਲਫੇੜੇ ਉਹ ਮਾਰਦੀ। ਦੇਖੋ ਜੀ, ਤੁਸੀਂ ਬੜੇ ਸੀਨੀਅਰ ਪੱਤਰਕਾਰ ਹੋ, ਤੁਸੀਂ ਸਰਕਾਰਾਂ ਦੇਖੀਆਂ, ਧਰਨਾ ਮੁਜ਼ਾਹਰਾ ਕਰਨ ਵਾਲਿਆਂ ਦੀਆਂ ਤਸੱਲੀਆਂ ਸਰਕਾਰਾਂ ਨੇ ਕੀ ਹਾਲ ਕਰਿਆ। ਅਸੀਂ ਤਾਂ ਫਿਰ ਵੀ ਉਹਨਾਂ ਸੰਗਤ ਦੇ ਵਿੱਚ ਖੜ ਕੇ, ਉਹ ਸਰਪੰਚ ਦੇ ਮੁੰਡੇ ਦੇ ਨਾਲ ਖੜ ਕੇ ਗੱਲ ਸੁਣ ਰਹੇ ਸੀ। ਤੇ ਨਹੀਂ ਤਾਂ ਇਹ ਵੀ ਪ੍ਰਸ਼ਾਸਨ ਆਉਂਦਾ ਤਾਂ ਇਹ ਹੁਕਮ ਹੁੰਦੇ ਆ ਕਿ ਭਾਈ ਜੀ ਉਦਘਾਟਨ ਤੋਂ ਪਹਿਲਾਂ ਉਹਨੂੰ ਚੱਕ ਕੇ ਥਾਣੇ ਸੁੱਟ ਦਿਓ। ਪਰ ਉਹ ਸਾਰੀ ਚੀਜ਼ ਦਾ ਵਰਤਾਰਾ ਜਿਹੜਾ ਉਹਨਾਂ ਨੇ ਪਹਿਲਾਂ ਹੀ ਗਿਣਿਆ ਮਿਥਿਆ ਹੋਇਆ ਸੀ ਕਿ ਇਸ ਤਰ੍ਹਾਂ ਕਰਕੇ ਆਪਾਂ ਇਹ ਚੀਜ਼ ਦਾ ਵਿਵਾਦ ਬਣਾਉਂਦਾ।